ਸਾਸੀਕਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਅਕਸਰ ਇਹ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਿੜੀ ਅਫਗਾਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਵਿਧਵਾ ਮਨਜੀਤ ਕੌਰ, ਜਿਸਦੀ ਧੀ ਪਿੰਡ ਦੇ ਹੀ ਰਹਿਣ ਵਾਲੇ ਜੋਗਿੰਦਰ ਸਿੰਘ ਦਾ ਡਰਾਈਵਰ ਭਜਾ ਕੇ ਲੈ ਜਾਂਦਾ ਹੈ ਅਤੇ ਮਨਜੀਤ ਕੌਰ ਦਾ ਬੇਟਾ ਜਸਵਿੰਦਰ ਸਿੰਘ ਇਸ ਮਾਮਲੇ ਦੇ ਵਿੱਚ ਇਨਸਾਫ ਲੈਣ ਦੇ ਲਈ ਪੁਲਿਸ ਕੋਲ ਜਾਂਦਾ ਹੈ, ਲੇਕਿਨ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ, ਜਿਸ ਤੋਂ ਦੁਖੀ ਹੋ ਕੇ ਜਸਵਿੰਦਰ ਸਿੰਘ ਆਪਣੇ ਪਰਿਵਾਰ ਦੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ 2 ਮਹੀਨੇ ਪਹਿਲਾਂ ਆਤਮ ਹੱਤਿਆ ਕਰ ਲੈਂਦਾ ਹੈ। ਪਰ ਆਤਮ ਹੱਤਿਆ ਤੋਂ ਪਹਿਲੇ ਇੱਕ ਵੀਡੀਓ ਰਿਕਾਰਡ ਕਰਦੇ ਹੋਏ ਆਰੋਪੀਆਂ ਦੇ ਨਾਮ ਬੋਲ ਜਾਂਦਾ ਹੈ। ਉਸ ਵੀਡੀਓ ਦੇ ਆਧਾਰ ਤੇ ਪੁਲਿਸ 3 ਲੋਕਾਂ ਤੇ ਧਾਰਾ 306 ਦੇ ਤਹਿਤ ਕੇਸ ਦਰਜ ਕਰਦੀ ਹੈ, ਲੇਕਿਨ ਸੰਦੀਪ ਅਤੇ ਜੋਗਿੰਦਰ ਸਿੰਘ ਨੂੰ ਨਹੀਂ ਕਾਬੂ ਕਰਦੀ ਅਤੇ ਉਹ ਸ਼ਰੇਆਮ ਪਿੰਡ ਦੇ ਵਿੱਚ ਘੁੰਮਦੇ ਹੋਏ ਨਜ਼ਰ ਆਉਂਦੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਵਾਰ ਵਾਰ ਪੁਲਿਸ ਨੂੰ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਉਕਤ ਆਰੋਪੀਆਂ ਵੱਲੋਂ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਪਰ ਪੁਲਿਸ ਕੋਈ ਸੁਣਵਾਈ ਨਹੀਂ ਕਰਦੀ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਤੇ ਦੋਵੇਂ ਆਰੋਪੀਆਂ ਨੂੰ ਪੁਲਿਸ ਬਚਾਉਣ ਦੇ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ। ਤੇ ਆਓ ਸੁਣਦੇ ਹਾਂ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਦਾ ਕੀ ਕਹਿਣਾ ਹੈ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਘਟਨਾ ਆਈ ਵੀ ਮੇਰੀ ਧੀ ਨਾ ਸੰਦੀਪ ਸਿੰਘ ਜਿਹੜਾ ਜੋਗਿੰਦਰ ਸਿੰਘ ਦਾ ਤੇ ਜੋਗਿੰਦਰ ਸਿੰਘ ਜਿਹੜਾ ਉਹ ਮੁੰਡਾ ਜਗੀਰ ਸਿੰਘ ਦਾ ਇਹਨਾਂ ਰਲ ਕੇ ਸਾਰਾ ਕੰਮ ਕੀਤਾ। ਮੇਰੀ ਧੀ ਕਢਾਈ ਜੇ ਪੁੱਛਿਆ ਮੇਰੇ ਪੁੱਤਰ ਨੇ ਤਾਂ ਨਾ ਕੋਈ ਗੱਲਬਾਤ ਨਹੀਂ, ਅੱਗੋਂ ਅੱਗੋਂ ਟੀਚਰਾਂ ਕਰਦੇ ਉਹਨੂੰ ਮਖੌਲ ਕਰਦੇ। ਫਿਰ ਇਹਨੇ ਆਖਿਆ ਵੀ ਜਿੱਥੇ ਵੀ ਹੈਗਾ ਮੈਨੂੰ ਸਾਨੂੰ ਦੱਸ ਹੀ ਚੜੋ, ਮੈਨੂੰ ਦੱਸੋ ਕੁਛ ਨਾ ਕੁਛ। ਫਿਰ ਇਹ ਪੁਲਿਸ ਕੋ ਗਿਆ, ਪੁਲਿਸ ਨੇ ਨਹੀਂ ਸੁਣੀ। ਫਿਰ ਇਹ ਬਟਾਲੇ ਵੀ ਗਿਆ ਅਤੇ ਬਟਾਲੇ ਵੀ ਨਹੀਂ ਕਿਸੇ ਨੇ ਸੁਣਵਾਈ ਕੀਤੀ, ਇਹ ਬਟਾਲੇ ਵੀ ਹੋ ਕੇ ਆਇਆ, ਕਿਸੇ ਨੇ ਨਹੀਂ ਸੁਣੀ ਵੀ ਕੋਈ ਵੀ ਤਰੀਕੇ ਪਾਸੇ ਗੱਲ ਹੱਲ ਹੋ ਜਾਂਦੀ ਹੈ। ਕਿਸੇ ਵੀ ਨਹੀਂ ਕੀਤੀ ਹੈ, ਪੁੱਤਰ ਦਾ ਐਕਸੀਡੈਂਟ ਹੋਇਆ ਅਤੇ ਤਾਂ ਨਹੀਂ ਕਿਸੇ ਨੇ ਪੁੱਛਿਆ। ਜੇ ਪੁਲਿਸ ਵੱਲ ਜਾਂਦੇ ਹਾਂ ਤਾਂ ਆਉਂਦੇ ਹਨ ਵੀ ਅਸੀਂ ਤਾਂ ਪੈਸੇ ਕੋਲੋਂ ਲਾਉਣ ਡਏ ਹਾਂ ਜੇ ਕਈਆਂ ਬੰਦਿਆਂ ਆਖਿਆ, ਅਤੇ ਇਹ ਸਾਰੇ ਪਿੰਡ ਨੂੰ ਪਤਾ ਇਹਦੇ। ਮੈਨੂੰ ਉੱਦਾਂ ਹਜੇ ਵੀ ਆਉਂਦੇ ਅਤੇ ਮੈਨੂੰ ਹਜੇ ਲੱਗੀ ਨਹੀਂ ਗੀ ਅਤੇ ਇਹਨੂੰ ਅਸੀਂ ਤੁਹਾਨੂੰ ਮਾਰ ਦਿਆਂਗੇ ਸਾਰੇ ਟੱਬਰ, ਛੱਡਾਂਗੇ ਨਹੀਂ। ਤੁਹਾਡੇ ਬੇਟੇ ਜਸਵਿੰਦਰ ਨਾਲ ਕੀ ਹੋਇਆ? ਜਸਵਿੰਦਰ ਸਿੰਘ ਨੇ ਇਹ ਕਿਹਾ ਵੀ ਦੌੜ ਭੱਜ ਨੇ ਪੂਰੀ 5-7 ਦਿਨ ਲਾਈ, ਕਿਸੇ ਨੇ ਸੁਣਾਈ ਕੀਤੀ, ਉਹਨੇ ਵਾਰ ਕੇ ਅਤੇ ਆਪਣਾ ਆਪ ਖਤਮ ਕਰ ਛੱਡਿਆ। ਵੀਡੀਓ ਵੀ ਬਣਾਈ ਸੀ ਉਹਨੇ ਆਪਣੇ ਆਤਮ ਹੱਤਿਆ ਆਪਣੇ ਵੀਡੀਓ ਨੇ ਬਣਾਈ ਹੈ ਉਹਨੇ, ਇਹ ਨਹੀਂ ਹੈ ਵਿੱਚ ਉਹਨੇ ਆਖਿਆ ਉਹਨੇ ਇਹ ਵੀਡੀਓ ਬਣਾਈ ਹੈ ਵੀ ਮੇਰੇ ਦੋਸ਼ੀ ਹੈ ਜੋਗਿੰਦਰ ਸਿੰਘ ਅਤੇ ਸੰਦੀਪ ਸਿੰਘ ਅਤੇ ਉਹਨਾਂ ਦਾ ਡਰਾਈਵਰ ਹੈ JCB ਵਾਲਾ, ਇਹ ਪੈਸੇ ਦੇ ਕੇ ਛੁੱਟ ਜਾਂਦੇ ਨੇ, ਇਹ ਆਪਣਾ ਜਿਹੜਾ ਖਰਚ ਕਰ ਲੈਂਦੇ ਨੇ ਕੰਮ। ਪੁਲਿਸ ਨੇ ਕੋਈ ਕੇਸ ਦਰਜ ਕੀਤਾ ਹੈ? ਉਹਨੇ ਪਰਚਾ ਦਰਜ ਕੀਤਾ ਵੀ ਉਹਨੂੰ ਕੀਤਾ ਕੁਛ ਨਹੀਂ, ਫੜਿਆ ਨਹੀਂ, ਕੁਛ ਨਹੀਂ ਫੜਿਆ। ਕੀ ਚਾਹੁੰਦੇ ਤੁਸੀਂ? ਅਸੀਂ ਕਹਿੰਦੇ ਹਾਂ ਇਹਨੂੰ ਇਨਸਾਫ ਮਿਲੇ। ਕੀ ਲੱਗਦਾ ਕਿਉਂ ਨਹੀਂ ਤੁਹਾਨੂੰ ਇਨਸਾਫ ਮਿਲ ਪਾ ਰਿਹਾ? ਉਹ ਪੈਸੇ ਵਾਲੇ ਨੇ, ਤਗੜੇ ਬੰਦੇ ਨੇ, ਮਾੜੇ ਬੰਦੇ ਗਰੀਬ ਬੰਦੇ ਸਾਡੇ ਕੋਲ ਕੀ, ਅਸੀਂ ਕਿੱਥੋਂ ਪੈਸਾ ਚਾੜ। ਮਾਤਾ ਜੀ ਤੁਸੀਂ ਆਪਣੇ ਮੈਂਬਰ ਤੇ ਦੋ ਗਵਾਲੇ ਨਾ, ਸਾਡੇ ਕੋਲ ਕੀ ਆ, ਦੇਖੋ ਕਿਹੜਾ ਪੈਸਾ ਹੈ ਜਿਹੜਾ ਅਸੀਂ ਪੈਸਾ ਚਾੜ ਲੈ। ਪੈਸੇ ਵਾਲੇ ਨੇ ਆਖਣਾ ਵੀ ਪੈਸਾ ਚੜ੍ਹੀ ਜਾਂਦੇ ਤਾਂ ਸਾਡਾ ਹੱਲ ਹੋਈ ਜਾਏਗਾ, ਅਤੇ ਅਸੀਂ ਮਾੜੇ ਨੇ ਕੀ ਕਰਨਾ, ਕੋਈ ਸੁਣਾਈ ਕੋਈ ਕਿਸੇ ਦੀ, ਮੇਰੀ ਇੱਥੇ ਕੋਈ ਨਹੀਂ ਸੁਣਦਾ। ਇਹੋ ਹੀ ਹੈ ਧਮਕੀਆਂ ਦਿੰਦੇ ਚਾਹੇ ਰਾਹ ਗਲੀ ਘੇਰਦੇ ਨੇ ਭਾਈ ਤੁਸੀਂ ਇਹ ਸਾਡੇ ਨਾਲ ਫੈਸਲਾ ਕਰ ਦਿਉ, ਸਾਡੇ ਨਾਲ ਸਲਾਹ ਕਰ ਲਓ, ਅਤੇ ਰਾਹ ਗਲੀ ਨਾ ਜਾਂਦੇ, ਨਿੱਕੇ ਨਿੱਕੇ ਨਿਆਣੇ ਜਾਂਦੇ ਨੇ, ਇਹਦੇ ਇਹ ਤਾਂ ਆਪ ਵਿਚਾਰੇ ਕੋਈ ਤੁਰਿਆ ਨਹੀਂ ਜਾਂਦਾ ਅਤੇ ਇਹਦੇ ਬੱਚੇ ਜਾਂਦੇ ਨੇ ਰੇਹੜੀ ਲੈ ਕੇ ਪੱਠੇ ਲੈਣ। ਤੁਹਾਡੇ ਘਰ ਉਹਨਾਂ ਦੀ ਹੋਈ ਗਏ ਨੇ 17-18 ਸਾਲ। ਵੇਖੋ ਜੀ, ਸਾਡਾ ਤਾਂ ਲੈਣਾ ਦੇਣਾ ਇਸ ਗੱਲ ਦੇ ਵਿੱਚ ਕੋਈ ਵੀ ਨਹੀਂ, ਨਾ ਕੋਈ ਸਾਨੂੰ ਪਤਾ ਕੀ ਬਣਿਆ ਕਿੱਦਾਂ ਬਣਿਆ। ਸਾਡਾ ਡਰਾਈਵਰ ਜ਼ਰੂਰ ਮਸ਼ੀਨ ਚਲਾਉਂਦਾ ਸੀ ਜੀ, ਅਤੇ ਉਹ ਮਤਲਬ ਇਹਨਾਂ ਨੇ ਘਰ ਵਾਲਿਆਂ ਦਾ ਤਾਂ ਦੋਸ਼ ਕੋਈ ਨਹੀਂ ਗਾ, ਮਤਲਬ ਪਾਰਟੀ ਦੇ ਵਿੱਚ ਆਣ ਕੇ ਸਾਨੂੰ ਪਾਰਟੀ ਨੇ ਪਰੇਸ਼ਾਨ ਕੀਤਾ, ਉਹਨਾਂ ਨੇ ਸਾਡੇ ਉਲਟ ਚੱਲੇ ਨੇ। ਅਸੀਂ ਧਮਕੀ ਕਾਹਦੀ ਦੇਣੀ ਹੈ ਜੀ, ਅਸੀਂ ਧਮਕੀ ਦੇ ਸਕਦੇ ਹਾਂ? ਦੋ ਅਸੀਂ ਪਿਓ ਪੁੱਤ ਹਾਂ, ਆਪਣੇ ਕੰਮ ਕਾਰ ਨਾਲ ਰੁੱਝੇ ਹਾਂ, ਸਾਡਾ ਤਾਂ ਕੰਮ ਦੇ ਵਿੱਚ ਕਿਤੇ ਟਾਈਮ ਨਹੀਂ ਗਾ, ਸਿਰ ਖੁਰ ਕਰਨੇ, ਅਸੀਂ ਧਮਕੀਆਂ ਕਾਹਦੀਆਂ ਦੇਣੀਆਂ, ਸਭ ਝੂਠ ਮਾਰ ਦੇਣੇ ਜੀ।
सर जिहड़ा केस होया ना मेरे ते इह सरासर झूठा केस है। तो सर मैं सगों जिदन मैनू पता लगता ना भी मेरे ड्राइवर ने गलत काम करता है, जिहड़ा मुंडा मरिया जसविंदर सिंह, मैं उस मुंडे नाल 3 दिन उहदे नाल जांदा रहा, उहदी भैण लभण वास्ते जिथे उह कहिंदा रहा मैं उहदे नाल जांदा रहा, उहदे कोल 1 रुपये का तेल भी नहीं पवाया। हाँ जे उहनां दे परिवार नूं मेरे ते डाउट है कोई तो मैं अपना सारा परिवार लैके गुरद्वारा साहब चला जाना वा, जे मेरा एक पॉइंट भी कोई दोष है वो तो मैं सहु खाने तैयार हाँ। की कारण है पिछले क्यों फिर तुहाडे फादर का नाम लग रहा है? सर वेखो उस परिवार ना साडा कोई पुरानी रंजिश नहीं, ये पिंड दे विच कुछ पार्टीबाजी होण करके सारा काम होया। उहनां दा कहना कि उहनां दा कल्ला जिहड़ा बेटा सी ਉਹੀ ਘਰ 'ਚ ਕਮਾਉਣ ਵਾਲਾ ਸੀ, ਬਾਕੀ ਕਿਸੇ ਕਮਾਉਣ ਵਾਲਾ ਨਹੀਂ ਸੀ, ਉਹਨਾਂ ਹੁਣ ਕਮਾਉਣ ਵਾਲਾ ਵੀ ਚਲਾ ਗਿਆ। ਉਹ ਉਲਟ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਧਮਕੀਆਂ ਦਿੰਦੇ ਹੋ ਵੀ ਸਾਡਾ ਕੀ ਕਰ ਰਿਹਾ? ਸਰ ਵੇਖੋ ਕਮਾਉਣ ਵਾਲੇ 2 ਬੇਟੇ ਉਹਨਾਂ ਦੇ ਬਾਹਰ ਸੀ, ਇੱਕ ਸ਼ਮਸ਼ੇਰ ਸਿੰਘ ਅਤੇ ਬਲਜੀਤ ਸਿੰਘ, ਠੀਕ ਹੈ ਜੀ। ਅਤੇ ਹੁਣ ਵੀ ਅਜੇ ਤੱਕ ਉਹ ਪਰਿਵਾਰ ਨੂੰ ਅਸੀਂ ਕੋਈ ਧਮਕੀ ਨਹੀਂ ਦਿੱਤੀ, ਸਗੋਂ ਇੱਥੇ ਮੈਨੂੰ ਇੱਕ ਵਾਰੀ ਮਿਲਿਆ ਤਾਂ ਮੈਂ ਉਹਨਾਂ ਨੂੰ ਸਗੋਂ ਸਮਝਾਇਆ, ਸ਼ਮਸ਼ੇਰ ਸਿੰਘ ਮੁੰਡਾ ਉਹਨੂੰ ਵੀ ਮੈਂ ਸਮਝਾਇਆ, ਇੱਕ ਬਲਜੀਤ ਸਿੰਘ ਉਹਦਾ ਵੱਡਾ ਭਰਾ ਛੋਟਾ ਭਰਾ ਸੀ ਉਹਨੂੰ ਵੀ ਮੈਂ ਸਮਝਾਇਆ ਵੀ ਸਾਡਾ ਅਸੀਂ ਬੇਦੋਸ਼ੀ ਹਾਂ ਕਿਉਂਕਿ ਉਹ ਦੋਵੇਂ ਭਰਾ ਬਾਹਰ ਰਹਿੰਦੇ ਸੀ, ਉਹਨਾਂ ਨੂੰ ਹੀ ਪਤਾ ਸਾਰੀ ਗੱਲ ਦਾ। ਫਿਰ ਇੱਕ ਉਹਨਾਂ ਦਾ ਭਰਾ ਵੱਡਾ ਜੋਗਾ ਉਹਨੂੰ ਮੈਂ ਸਾਰੀ ਗੱਲ ਸਮਝਾਈ ਵੀ ਅਸੀਂ ਬੇਦੋਸ਼ੀ ਹਾਂ, ਜੇ ਸਾਡੇ ਤਾਂ ਤੁਹਾਨੂੰ ਲੱਗਦਾ ਸਾਡੇ 'ਤੇ ਕੋਈ ਡਾਊਟ ਹੈ ਤਾਂ ਆਪਾਂ ਗੁਰਦੁਆਰਾ ਜਾਣ ਨੂੰ ਤਿਆਰ ਹਾਂ, ਕਿਸੇ ਵੀ ਧਰਮ ਦੇ ਵਿੱਚ ਜਿੱਥੇ ਤੁਸੀਂ ਯਕੀਨ ਰੱਖਦੇ ਹੋ ਚਾਹੇ ਹਿੰਦੂ ਚਾਹੇ ਸਿੱਖ ਚਾਹੇ ਮੁਸਲਮਾਨ ਆਪਾਂ ਉੱਥੇ ਗੁਰਦੁਆਰਾ ਸਾਹਿਬ ਜਾਣ ਨੂੰ ਤਿਆਰ ਹਾਂ। ਪੁਲਿਸ ਸਰ ਜਿਹੜਾ ਮੇਨ ਦੋਸ਼ੀ ਹੈ ਜਿਹਨੇ ਗਲਤ ਕੰਮ ਕੀਤਾ ਉਹਨੂੰ ਅਰੈਸਟ ਕਰਤਾ ਸੀ ਪੁਲਿਸ ਨੇ, ਉਹ ਮੇਰੇ ਖਿਆਲ ਸਾਹਿਬ ਜ਼ਮਾਨਤੀ ਵੀ ਆ ਗਿਆ ਅਤੇ ਇਸ ਟਾਈਮ ਸਾਡੀ ਇਨਕੁਆਇਰੀ ਚੱਲਦੀ ਪਈ ਹੈ। ਉਹ ਮਾਮਲਾ ਇਹ ਵੀ ਲੜਕਾ ਜਿਹੜਾ ਉੱਥੇ ਹੈਗਾ ਸੀ ਉਹ ਜੇ ਸੀ ਬੀ ਚਲਾਉਂਦਾ ਸੀ, ਜਿਹਨੇ ਸੂਸਾਈਡ ਕੀਤਾ ਉਹਦੇ ਘਰ ਆਉਣ ਜਾਣ ਸੀ ਕੋਈ ਮਾੜਾ ਮੋਟਾ, ਉਹਦੇ ਨਾਲ ਉਹਦੀ ਭੈਣ ਵੀ ਬਾਲਗ ਹੀ ਗਈ, ਉਹ ਦੋਵਾਂ ਨੇ ਭੱਜ ਕੇ ਵਿਆਹ ਕਰਾ ਲਿਆ ਸੀ, ਉਹਦੇ ਚੱਕਰ 'ਚ ਮੁੰਡੇ ਨੇ ਆਪਣੀ ਸੂਸਾਈਡ ਕਰ ਲਈ। ਸੂਸਾਈਡ ਤੋਂ ਉਹਦੀ ਮਾਤਾ ਦੇ ਬਿਆਨ 'ਤੇ ਲੜਕੇ ਦੀ ਅਤੇ 306 ਦਾ ਮੁਕਦਮਾ ਨੰਬਰ ਹੈਗਾ ਜੀ 92-30-23 ਜੁਰਮ 306 ਤਹਿਤ ਥਾਣਾ ਸ੍ਰੀ ਦਰਜ ਕੀਤਾ ਗਿਆ, ਅਤੇ ਜਿਹੜਾ ਮੇਨ ਦੋਸ਼ੀ ਆ ਬਿਕਰਮਜੀਤ ਸਿੰਘ ਇਹ ਅਰੈਸਟ ਕਰ ਲਿਆ ਗਿਆ, ਅਤੇ ਦੋ ਦੋਸ਼ੀ ਆ ਉਹਨਾਂ ਦੀ ਇਨਕੁਆਇਰੀ ਚੱਲ ਰਹੀ ਆ DSP ਸਾਹਿਬ ਪਾਸ ਪੈਂਡਿੰਗ। ਇਹ ਸੰਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕੀੜੀ ਫਗਾਨਾ। ਤਫਤੀਸ਼ ਚੱਲਣ ਰਹੀ ਆ ਜੀ, ਜੋ ਵੀ ਹਾਲਾਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।